ਆਰਡਰ ਕਰਨੇ ਆ ਬਾਈ, ਆਪਾਂ ਉਹ ਜਾਣਾ ਮੰਡੀ, ਸੋ ਆਪਾਂ ਨੇ ਅੱਜ ਮੈਂ ਜਾਣਾ ਤੁਹਾਡੀ ਸਰਵਿਸ ਕਰਵਾ ਕੇ ਲਿਆਉਣੀ ਹੈ। ਸੋ ਉਸਦੇ ਬਾਅਦ ਆਪਾਂ ਨੇ ਤੇਲ ਵੀ ਲਿਆਉਣਾ ਹੈ, ਤੇਲ ਵੀ ਸਾਡੇ ਤਿਆਰ ਹੈ। ਜਾਣਾ ਮੰਡੀ ਆਪਾਂ ਪਹੁੰਚ ਚੁੱਕੇ ਹਾਂ, ਤੋ ਸਭ ਤੋਂ ਪਹਿਲੇ ਆਪਾਂ ਨੇ ਸਰਵਿਸ ਕਰਵਾ ਕੇ ਲਿਆਉਣੀ ਹੈ ਟਰੈਕਟਰ ਦੀ। ਉਸਦੇ ਬਾਅਦ ਚੱਲਾਂਗੇ ਆਪਾਂ ਤੇਲ ਲੈਣੇ, ਪਹਿਲੇ ਸਰਵਿਸ ਕਰਵਾਉਣੇ ਭਾਈ। ਦੇਖੋ ਆਪ ਬੰਦੀ ਆ ਰਹੀ ਹੈ ਸਰਵਿਸ ਵਾਲੀ, ਟਿਕ ਟਿਕ ਰਹਿਣੇ ਲੱਗ ਰਹੀ ਹੈ ਅੱਗੇ। ਆਪ ਦੇਖ ਸਕਦੇ ਹੈ ਇੱਕ ਜਾਨਵਰ ਤੋਂ ਪਹਿਲੇ ਵੀ ਖੜਿਆ ਹੈ ਔਰ ਦੂਜਾ ਜਾਨਵਰ ਤੋਂ ਆਪਣਾ ਆ ਗਿਆ ਹੈਗਾ। ਟਰਾਲੀ ਉੜ ਲੈ ਜਾ। ਪਹੁੰਚਾਣਾ ਮੰਡੀ ਪਹੁੰਚ ਗਏ ਹਾਂ, ਟਰੈਕਟਰ ਆਪਣਾ ਕਰਜ਼ਿਆ ਸ਼ੋਰੂਮ ਖੜਿਆ, ਤੋਂ ਸਰਵਿਸ ਹੋ ਰਹੀ ਆ ਉਹਨਾਂ ਟਰੈਕਟਰ ਦੀ। ਪਾਣੀ ਜਿਵੇਂ ਫੁੱਲ ਸਿਰਾ ਵਾ ਜਾਏ ਪਾਣੀ ਪੰਖਾ ਚੱਲ ਰਿਹਾ ਨਵਾਂ ਨਜ਼ਦੀਕ, ਉੱਪਰ ਵੀ ਪੰਖਾ ਚੱਲ ਰਿਹਾ ਹੈ। ਦੋ ਲੋਕ ਘੰਟਾ ਡੇਢ ਘੰਟਾ ਮੈਂ ਆਪਣਾ ਟਰੈਕਟਰ ਦੀ ਸਰਵਿਸ ਹੋ ਜਾਏਗੀ। ਖਾਣਾ ਖਾ ਰਹੇ ਮਿਸਤਰੀ, ਤੋ ਭਾਈ ਸਰਵਿਸ ਤਾਂ ਲਗਭਗ 100 ਘੰਟੇ ਟੱਪੀ ਆ, ਟਰੈਕਟਰ ਸਰਵਿਸ ਨਹੀਂ ਕਰਵਾਉਣ ਪਾਏ ਸੀਜ਼ਨ ਕਰਕੇ ਲਗਭਗ 350-400 ਘੰਟੇ ਦਾ ਕਰੀਬ ਚੱਲ ਗਿਆ ਭਾਈ ਸਰਵਿਸ ਨਹੀਂ ਕਰਵਾਈ ਟਰੈਕਟਰ ਦੀ। ਹੋਰ ਕਾਵਰੀ ਘੱਲ ਲਿਆ, ਤੁਸੀਂ ਵੀ ਘੱਲ ਲਿਆ ਤਾ ਯਾਰ ਤੁਸੀਂ ਉੱਧਰ ਘਣਾ ਕਾਲਾ ਤਾਂ ਨਹੀਂ ਹੋ ਰਿਹਾ ਹੈ ਕੈ ਅੱਠ ਅਰੇ ਏਕ ਦੋ ਪਹਿਲਾਂ ਹਾਂ 9-10 ਢੋਲ ਕਾਲਾ ਕਹਿ ਲੋ ਵੀ ਮਿੱਤਰੋ ਸਰਵਿਸ ਹੋ ਗਈ ਹੈ ਕੰਪਲੀਟ, ਬੱਤੀ ਵੀ ਚਲੀ ਗਈ ਹੈ, ਤੋ ਆਪਣੀ ਆ ਸਰਵਿਸ ਹੋਈ ਹੈ 1901 ਘੰਟਿਆਂ ਪਰ। ਤੋ ਆਪਾਂ ਉਰਾ ਸ਼ੋਰੂਮਾਂ ਦਾ ਚੱਲ ਪੜਿਆ ਮੈਸੀ ਕਾਵਾਂ ਦਾ,
ਮਿੱਤਰੋ ਆਪਣੇ ਦੋ ਡਰੰਮ ਰੱਖੇ ਆ ਫੁੱਲ 400 ਲੀਟਰ ਦੇ ਗਏ ਥੱਲੇ ਹਾਂ ਆਪਾਂ 412 4000 ਕਾ ਬਾਕੀ ਟਰੈਕਟਰ ਦੀ ਟੰਕੀ ਭਰਵਾਵਾਂਗੇ ਤੋ ਮਿੱਤਰੋ ਆਪਾਂ ਨੇ ਟਰੈਕਟਰ ਦੀ ਵੀ ਟੰਕੀ ਫੁੱਲ ਕਰਵਾਉਣੀ ਹੈ ਰਿਲਾਇੰਸ ਵਾਲੇ ਕਿਸੇ ਨੂੰ ਤੇਲ ਨਹੀਂ ਦਿੰਦੇ ਇਹ ਤੋਂ ਆਪਣਾ ਟਰੈਕਟਰ ਦੀ ਵੀ ਟੰਕੀ ਫੁੱਲ ਹੋ ਜਾਏਗੀ ਵਾ ਆਪਾਂ ਘਰਾਂ ਪਹੁੰਚ ਗਏ ਹਾਂ ਟਰੈਕਟਰ ਆਪਾਂ ਨੇ ਥੈਨ ਲਿਆ ਹੈ ਦੋ ਢੋਲ ਤੇਲ ਕੇ ਲਿਆ ਹੈ ਔਰ ਟਰੈਕਟਰ ਦੀ ਸਰਵਿਸ ਕਰਵਾ ਲਿਆ ਹੈ ਤੋ ਭਾਈ ਵਲੋਗ ਸ਼ੇਅਰ ਕਰੇ ਕਰੋ ਸਾਰੇ ਭਾਈ ਜਾਂਦੋ ਰਹਿ